ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਡਾਕਟਰ ਅਮਰ ਸਿੰਘ ਨੂੰ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਡਾਕਟਰ ਅਮਰ ਸਿੰਘ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਨਤਮਸਤਕ ਹੋ ਕੇ ਕੀਤੀ ਅਤੇ ਆਪਣੀ ਜਿੱਤ ਦੇ ਲਈ ਮਹਾਨ ਸ਼ਹੀਦਾਂ ਤੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਿੱਚ ਬੇਰੋਜ਼ਗਾਰੀ, ਕਿਸਾਨੀ, ਗਰੀਬੀ ਅਤੇ ਹੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਨੂੰ ਜਨਤਾ ਦੇ ਵਿੱਚ ਲੈ ਕੇ ਆਣਗੇ। ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਣ ਅਤੇ ਬੇਰੋਜ਼ਗਾਰੀ ਨੂੰ ਖਤਮ ਕਰਨ। ਬਹੁਤ ਅੱਛੇ ਮਾਈਂਡਸੈਟ ਦੀ ਜਿਹੜੇ ਕਿ ਸਰਬ ਉੱਨਤੀ ਲਈ ਜਾਂ ਕਹਿ ਲਓ ਮਨੁੱਖਤਾ ਲਈ, ਜਿਸ ਤਰ੍ਹਾਂ ਦੇ ਧਰਮ 'ਚ ਅਸੀਂ ਮੈਂ ਕਹਿੰਦੀ ਹਾਂ ਜੰਮੀ ਹਾਂ, ਸਾਡਾ ਇਤਿਹਾਸ ਹੈ, ਸਾਡੇ ਗੁਰੂ ਸਾਹਿਬ ਨੇ ਮਨੁੱਖਤਾ ਲਈ ਕੁਰਬਾਨੀਆਂ ਕੀਤੀਆਂ, ਸੋ ਮਨੁੱਖਤਾ ਲਈ ਕੰਮ ਕਰੇ। ਇਸ ਤਰ੍ਹਾਂ ਇਹ ਮੇਰਾ ਵਿਸ਼ਵਾਸ ਹੈ, ਕਾਂਗਰਸ ਪਾਰਟੀ ਮਨੁੱਖਤਾ ਲਈ ਕੰਮ ਕਰ ਰਹੀ ਹੈ ਔਰ ਇਹ ਇੱਕ ਦ੍ਰਿੜ ਵਿਸ਼ਵਾਸ ਹੈ ਕਿ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨਗੇ ਔਰ ਡਾਕਟਰ ਅਮਰ ਸਿੰਘ ਜੀ ਬਹੁਤ ਵੱਡੀ ਲੀਡ ਨਾਲ ਜਿੱਤਣਗੇ, ਕਿਉਂਕਿ ਗੁਰੂ ਸਾਹਿਬ ਦਿਲਾਂ ਦੀ ਜਾਣਦੇ ਨੇ ਔਰ ਉਹ ਮੌਕਾ ਦਿੰਦੇ ਹੈ, ਫਿਰ ਬੰਦੇ ਨੂੰ ਪਰਖਦੇ ਹੈ ਕਿ ਉਹ ਕਿੰਨਾ ਕੁ ਖਰਾ ਉਤਰਦਾ ਔਰ ਇਹ ਮੌਕਾ ਹੁਣ ਕਾਂਗਰਸ ਪਾਰਟੀ ਨੂੰ ਪਰਮਾਤਮਾ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ। ਮੈਂ ਜੀ ਅੱਜ ਕਾਂਗਰਸ ਪਾਰਟੀ ਦੀ ਟਿਕਟ ਲੈ ਕੇ ਕਾਂਗਰਸ ਪਾਰਟੀ ਦੇ ਇੱਥੋਂ ਦੇ ਸਾਰੇ ਲੀਡਰਾਂ ਦਾ ਧੰਨਵਾਦ ਕਰਨ ਲਈ ਔਰ ਮੈਂ ਇੱਥੋਂ ਦੀ ਇਹ ਸ਼ਹੀਦਾਂ ਦੀ ਧਰਤੀ 'ਤੇ ਨਤਮਸਤਕ ਹੋਣ ਆਇਆ, ਮੱਥਾ ਜੋੜਨ ਆਇਆ ਔਰ ਆਸ਼ੀਰਵਾਦ ਲੈਣ ਆਇਆ ਬਾਬਿਆਂ ਤੋਂ ਕਿ ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਇਸ ਧਰਤੀ ਦੀ ਪੂਰੀ ਤਨ ਮਨ ਨਾਲ, ਪੂਰੀ ਜਾਨ ਲਾ ਕੇ, ਪੂਰੀ ਮਿਹਨਤ ਕਰਕੇ ਇਸ ਧਰਤੀ ਦੀ ਸੇਵਾ ਕਰ ਸਕਾਂ। ਖੰਨਾ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਡਾਟ ਟੀਵੀ ਐਨ ਆਰ ਆਈ।